ਲਓ ਜੀ ਝੋਨੇ ਦਾ ਸੀਜ਼ਨ ਆ ਜਿਹੜਾ ਆ ਗਿਆ ਤੇ ਕੰਪੈਨਰ ਵੀ ਚੱਲ ਪਈਆਂ ਤੇ ਨਾਲ ਖਰਚੇ ਵੱਢਣ ਵਾਲੇ ਮਲਚਰ ਵੀ ਚੱਲ ਪਈ। ਤੇ ਹੁਣ ਜੇ ਇਹਦੇ ਵਿੱਚ ਆਪਾਂ ਗੱਲ ਕਰੀਏ ਤੇ ਹੁਣ ਜਿਹੜੇ ਆਪਾਂ ਖਰਚੇ ਵਿੱਚ ਕੁੱਤਰਦੇ ਆਂ ਉਹਨਾਂ ਦੇ ਨਾਲ ਬਈ ਖਰਚਾ ਦੇਖੋ ਬਹੁਤ ਜ਼ਿਆਦਾ ਆ ਜਾਂਦਾ ਹਨਾ। ਇੱਕ ਕਿਸਾਨ ਭਰਾਵਾਂ ਦੀ ਸਿਰਫ ਮਜਬੂਰੀ ਆ। ਤੇ ਹੁਣ ਜਿਹੜੇ ਮਲਚਰਾਂ ਨਾਲ ਖਰਚੇ ਕੁੱਤਰਦੇ ਆ ਵਿੱਚ ਇਹਦੇ ਨਾਲ ਚਲੋ ਖਰਚਾ ਤਾਂ ਆ ਜਾਂਦਾ ਬਹੁਤ ਜਿਨ੍ਹਾਂ ਨੇ ਬਈ ਆਲੂ ਵਗੈਰਾ ਲਾਉਣੇ ਆ ਉਹਨਾਂ ਨੂੰ ਇਹ ਇਹ ਕੰਮ ਕਰਨਾ ਪੈਂਦਾ ਪਰ ਮਜਬੂਰੀ ਆ ਤੇ ਹੁਣ ਲਾਲੋ ਸਾਹਿਬ 126 ਝੋਨਾ ਵਧਿਆ ਗਿਆ ਤੇ ਹੁਣ ਜਿਹੜੀ ਆ ਪਰਾਲੀ ਆ ਵਿੱਚ ਹੁਣ ਕੁੱਤਰ ਰਹੇ ਨੇ ਸਾਰੇ ਕਿਸਾਨ ਭਰਾ ਜਿੰਨੇ ਵੀ ਹੈਗੇ ਜਿਨ੍ਹਾਂ ਨੇ ਆਲੂ ਵਗੈਰਾ ਲਾਉਣੇ ਆ ਪਰ ਜੇ ਆਪਾਂ ਹੁਣ ਗੱਲ ਕਰੀਏ ਤਾਂ ਖਰਚਾ ਗਾ ਬਹੁਤ ਜ਼ਿਆਦਾ ਆ ਜਾਂਦਾ ਹੁਣ ਜਿਵੇਂ ਆਹ ਚੱਲਦਾ ਗਾ ਸੁਪਰ ਸੀਡਰ ਹੁਣ ਜਿਹੜੀ ਪਰਾਲੀ ਪਈ ਆ ਬਈ ਥੱਲੇ ਜੇ ਟਾਲਟਾ ਮਿਆਂ ਨਾ ਇਦਾਂ ਹੀ ਪਾਉਣੇ ਆ ਤਾਂ ਫਿਰ ਕੀ ਹੁੰਦਾਗਾ ਰੁਗ ਜੇ ਖਾਸੀ ਬਣ ਜਾਂਦੇ ਆ ਪਰਾਲੀ ਦੇ ਵਿੱਚ ਕਿਉਂਕਿ ਮੂਰੇ ਵਿੱਚ ਲੱਗ ਜਾਂਦੀ ਆ ਜਦੋਂ ਆਪਾਂ ਉਲਟਾ ਮੇ ਹਲ ਫੇਰਦੀ ਆ ਜੇ ਆਪਾਂ ਸੁਪਰ ਸੀਡਰ ਪਹਿਲਾਂ ਫੇਰ ਦਈਏ ਇਹਦੇ ਨਾਲ ਮੈਕਸ ਹੋ ਜਾਂਦੀ ਆ ਕਿਉਂਕਿ ਫਿਰ ਹੁਣ ਜਿਹੜਾ ਉਲਟਾ ਮਾ ਹਲ ਪਾਉਣਾਗਾ ਬਾਅਦ ਦੇ ਵਿੱਚ ਊ ਦਾ ਫਰਕਮਾਗਾ ਜਿਹੜਾ ਬਹੁਤ ਸੌਖਾ ਹੋ ਜਾਂਦਾ ਮੇਰਾ ਮਤਲਬ ਵੀਡੀਓ ਬਣਾਉਂਦਾ ਇਹੀ ਸੀਗਾ ਵੀ ਪਹਿਲਾਂ ਮਲਚਰ ਫੇਰ ਦੋ ਉਦੋਂ ਬਾਅਦ ਸੁਪਰ ਸੀਡਰ ਫੇਰ ਦੋ ਉਦੋਂ ਬਾਅਦ ਦੇ ਵਿੱਚ ਉਲਟਾ ਮੇ ਹਲਾ ਨਾ ਤੁਸੀਂ ਬਾਅਦੋ ਹੁਣ ਕਿਉਂਕਿ ਹੁਣ ਮਲਚਰ ਜਿਹੜਾ ਚੱਲ ਰਿਹਾਗਾ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਉਹਦੇ ਨਾਲ ਹੁਣ ਜਿਹੜੀ ਪਰਾਲੀ ਆ ਜਮਾਂ ਮਿਕਸ ਹੋ ਜਾਂਦੀ ਮਿੱਟੀ ਦੇ ਵਿੱਚ ਜਦੋਂ ਉਲਟਾਵਾਂ ਹਲ ਫੇਰਨਾ ਬਈ ਉਦੋਂ ਕੋਈ ਦਿੱਕਤ ਨਹੀਂ ਆਉਂਦੀ ਉਦੋਂ ਚਲੋ ਹੁਣ ਵਿੱਚ ਪਰਾਲੀ ਨਹੀਂ ਫਸਦੀ ਬਹੁਤ ਸੌਖਾ ਹੋ ਜਾਂਦਾ ਚਲੋ ਖਰਚਾ ਤਾਂ ਆਉਂਦਾ ਜ਼ਰੂਰ ਵੱਧ ਹਨਾ ਤੇ ਪਰ ਹਾਨੀਸ਼ਰ ਕਰਨਾ ਪੈਂਦਾਗਾ ਜਿੰਨੇ ਵੀ ਕਿਸਾਨ ਭਰਾ ਨੇ ਜਿਨ੍ਹਾਂ ਨੇ ਆਲੂ ਲਾਉਣੇ ਇਹ ਖਰਚਾ ਕਰਨਾ ਹੀ ਪੈਂਦਾਗਾ ਤੇ ਪਰ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਖਰਚਾ ਤੇ ਔਖਾ ਬਹੁਤ ਹੈ ਜੇ ਆਗੂ ਗਲ ਲਾ ਕੇ ਹੋ ਜੇ ਨਾ ਹੱਲ ਉਹ ਸਾਰਿਆਂ ਨੂੰ ਹੈਗਾ ਬੇਤਰ ਤੇ ਬਾਕੀ ਹੁਣ ਬਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੀਓ